ਪੰਜਾਬੀ ਫੇਮਸ ਇੰਸਟਾਗ੍ਰਾਮਰ ਐਂਡ ਵਲੌਗਰ ਦੀਪ ਸਰਦਾਰਨੀ ਦੇ ਬ੍ਰਦਰ ਦੀ ਹਾਰਟ ਅਟੈਕ ਦੇ ਨਾਲ ਬੀਤੇ ਦਿਨੀ ਡੈਥ ਹੋ ਗਈ। ਇਸ ਦੀ ਜਾਣਕਾਰੀ ਦੀਪ ਸਰਦਾਰਨੀ ਦੇ ਫਰੈਂਡਸ ਦੇ ਵੱਲੋਂ ਦਿੱਤੀ ਗਈ। ਜਿਉਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਤਾਂ ਚਾਰੇ ਪਾਸੇ ਆਤਮ ਛਾ ਗਿਆ। ਦੀਪ ਸਰਦਾਰਨੀ ਨੂੰ ਚਾਹੁਣ ਵਾਲੇ ਸਾਰੇ ਹੀ ਉਸ ਦੇ ਦੁੱਖ ਵਿੱਚ ਸ਼ਾਮਿਲ ਹੋਏ ਅਤੇ ਉਸ ਦੇ ਨਾਲ ਹਮਦਰਦੀ ਜਤਾਈ। ਇੱਥੋਂ ਤੱਕ ਕਿ ਦੀਪ ਸਰਦਾਰਨੀ ਦੀ ਇੱਕ ਵੀਡੀਓ ਅਤੇ ਤਸਵੀਰਾਂ ਵੀ ਸਾਹਮਣੇ ਆਈਆਂ ਜਿੱਥੇ ਉਹ ਆਪਣੇ ਭਰਾ ਦੇ ਆਪਣੇ ਹੱਥੀਂ ਸਿਰਾ ਸਜਾਉਂਦੇ ਹੋਏ ਦਿਖਾਈ ਦਿੱਤੀ ਅਤੇ ਉਸ ਵੇਲੇ ਉਸ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਆਪਣੇ ਭਰਾ ਨੂੰ ਘੁੱਟ ਕੇ ਗੱਲ ਨਾਲ ਲਾਉਂਦੀ ਦੀਪ ਸਰਦਾਰਨੀ ਵਿਲਕਦੀ ਰਹੀ। ਉੱਥੇ ਹੀ ਇਹ ਸਭ ਵਿਚਾਲੇ ਦੀਪ ਸਰਦਾਰਨੀ ਦੀ ਮਾਤਾ ਜੀ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਮਾਤਾ ਜੀ ਦੇ ਚਿਹਰੇ ਤੇ ਤੁਸੀਂ ਮਾਸੂਮੀਅਤ ਦੇਖ ਸਕਦੇ ਹੋ। ਤੁਹਾਨੂੰ ਦੱਸ ਦਈਏ, ਮਾਤਾ ਜੀ ਦੀ ਮਾਨਸਿਕ ਹਾਲਤ ਠੀਕ ਨਹੀਂ, ਪਰ ਫਿਰ ਵੀ ਉਹ ਹਰ ਇੱਕ ਚੀਜ਼ ਨੂੰ ਸਮਝਣ ਦੀ ਸ਼ਮਤਾ ਰੱਖਦੇ ਨੇ। ਜਿੰਨਾ ਔਖਾ ਇੱਕ ਭੈਣ ਲਈ ਆਪਣੇ ਭਰਾ ਤੋਂ ਵਿਛੜਨਾ ਹੈ, ਉਹਨਾਂ ਹੀ ਮਾਵਾਂ ਨੂੰ ਵੀ ਆਪਣੇ ਪੁੱਤ ਤੋਂ। ਦੀਪ ਸਰਦਾਰਨੀ ਦੀ ਲਾਈਫ ਸ਼ੁਰੂ ਤੋਂ ਹੀ ਮੁਸੀਬਤਾਂ ਭਰੀ ਰਹੀ ਹੈ ਅਤੇ ਹੁਣ ਟਾਈਮ ਆਇਆ ਸੀ ਕਿ ਉਹ ਆਪਣੇ ਪਰਿਵਾਰ ਨੂੰ ਚੰਗੇ ਦਿਨ ਦਿਖਾ ਸਕੇ ਅਤੇ ਇਸ ਲਈ ਉਹ ਖੂਬ ਮਿਹਨਤ ਵੀ ਕਰ ਰਹੀ ਸੀ, ਪਰ ਪਰਮਾਤਮਾ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਦੀਪ ਸਰਦਾਰਨੀ ਨੂੰ ਸ਼ਮਤਾ ਬਖਸ਼ੇ ਕਿ ਉਹ ਇਸ ਬੁਰੇ ਟਾਈਮ ਦੇ ਵਿੱਚੋਂ ਲੰਘ ਸਕੇ।